ਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਕੀਰਤ ਸਿੰਘ ਹੈ ਜੀ ਗੁਰਕੀਰਤ ਸਿੰਘ ਹੈ ਤੇ ਮੇਰੇ ਪੈਰ ਤੇ ਐਕਸੀਮੇ ਦੀ ਪ੍ਰੋਬਲਮ ਸੀਗੀ ਜਿਹਦੇ ਕਰਕੇ ਮੈਂ ਬਹੁਤ ਪਰੇਸ਼ਾਨ ਸੀਗਾ ਮੇਰਾ ਪੈਰ ਬੁਰੇ ਤਰੀਕੇ ਨਾਲ ਗਲ ਚੁੱਕਿਆ ਸੀ ਔਰ ਜਿਹਦੇ ਵਿੱਚ ਪੀਕ ਹਮੇਸ਼ਾ ਰਿਸਦੀ ਰਹਿੰਦੀ ਸੀਗੀ ਦਰਦ ਵੀ ਬਹੁਤ ਹੁੰਦੀ ਸੀ ਖਾਰਜ ਵੀ ਬਹੁਤ ਹੁੰਦੀ ਸੀ ਤੇ ਮੈਂ ਦਿੱਲੀ ਦੇ ਸਭ ਤੋਂ ਵੱਡੇ ਡਾਕਟਰ ਕੋਲ ਸਕਿਨ ਵਾਲੇ ਐਲੋਪੈਥੀ ਕੋਲ ਵੀ ਗਿਆ ਸੀਗਾ ਉਹਨੇ ਤਾਂ ਮੈਨੂੰ 6 ਮਹੀਨੇ ਦਵਾਈ ਖਾਣ ਵਾਸਤੇ ਕਿਹਾ ਸੀ ਔਰ ਅੱਗੇ ਜਵਾਬ ਵੀ ਦਿੱਤਾ ਸੀ ਕਿ ਇਹ ਠੀਕ ਹੋਏਗਾ ਕਿ ਨਹੀਂ ਹੋਏਗਾ ਮੈਂ ਕੁਛ ਕਹਿ ਨਹੀਂ ਸਕਦਾ ਫਿਰ ਮੈਨੂੰ ਕਿਸੇ ਨੇ ਡਾਕਟਰ ਪੋਪਾ ਰਾਏ ਬਾਰੇ ਦੱਸਿਆ ਵੀ ਇਹ ਸਕਿਨ ਦੇ ਕਾਫੀ ਅੱਛੇ ਡਾਕਟਰ ਨੇ ਇਹਨਾਂ ਦੇ ਇਲਾਜ ਕਰਦੇ ਨੇ ਹੋਮਿਓਪੈਥੀ ਕਲਾਸੀਕਲ ਦੇ ਨਾਲ ਸਿੰਗਲ ਮੈਡੀਸਨ ਦੇ ਨਾਲ ਫਿਰ ਮੈਂ ਪਹਿਲੇ ਵੀ ਮੈਂ 2-3 ਜਗ੍ਹਾ ਧੱਕੇ ਖਾਏ ਹੋਮਿਓਪੈਥੀ ਵਾਲੇ ਕੋਲ ਵੀ ਗਿਆ ਉਹਨਾਂ ਨੇ 3-4 ਦਵਾਈਆਂ ਮਿਕਸ ਕਰਨੀਆਂ ਤੇ ਮਿੱਠੀ ਗੋਲੀਆਂ ਮੈਨੂੰ ਦੇ ਦੇਣੀਆਂ ਵੀ ਇਹ ਤੁਸੀਂ ਲੈ ਲਓ ਤੁਸੀਂ ਠੀਕ ਹੋ ਜਾਓਗੇ 1.5-2 ਮਹੀਨਾ ਮੈਂ ਉਹਨਾਂ ਕੋਲ ਜਾਂਦਾ ਰਿਹਾ ਮੈਨੂੰ ਕੋਈ ਫਰਕ ਨਹੀਂ ਪਿਆ ਫਿਰ ਮੈਨੂੰ ਕਿਸੇ ਨੇ ਉਹਨਾਂ ਸੁਜੈਸਟ ਕੀਤਾ ਤੇ ਇਹਨਾਂ ਕੋਲ ਆਇਆ ਮੈਂ ਇਹਨਾਂ ਨੇ ਮੈਨੂੰ ਇੱਕ ਜਿਹੜੀ ਦਵਾਈ ਦਿੱਤੀ ਉਹਨਾਂ ਨੇ ਕਿਹਾ ਵੀ ਤੇਰਾ ਇਲਾਜ ਹੋ ਜਾਏਗਾ ਬਟ ਥੋੜ੍ਹਾ ਟਾਈਮ ਲੱਗੇਗਾ ਹੋਏਗਾ ਤੇਰਾ ਇਲਾਜ ਸਿੰਗਲ ਮੈਡੀਸਨ ਨਾਲ ਹੀ ਕਲਾਸੀਕਲ ਹੋਮਿਓਪੈਥੀ ਨਾਲ ਜੋ ਦਵਾਈ ਕਿ ਮੈਂ ਜਦੋਂ ਪਹਿਲੀ ਵਾਰ ਲਿੱਤੀ ਤੇ ਮੈਨੂੰ ਤਕਰੀਬਨ 2 ਦਿਨ ਦੇ ਅੰਦਰ ਹੀ ਮੇਰੇ ਜ਼ਖਮ ਸੁੱਕਣੇ ਸਟਾਰਟ ਹੋ ਗਏ ਧੀਰੇ 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 ਕਰਦੇ 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 ਮੈਨੂੰ ਕਾਫੀ ਆਰਾਮ ਪੈਣਾ ਸਟਾਰਟ ਹੋ ਗਿਆ ਕਿਉਂਕਿ ਮੇਰਾ ਪੈਰ ਲਗਭਗ ਕੱਟਣ ਦੀ ਨੌਬਤ ਤੇ ਆ ਗਿਆ ਸੀਗਾ ਉਹ ਠੀਕ ਨਹੀਂ ਹੋ ਸਕਦਾ ਸੀਗਾ ਮੇਰੇ ਕੋਲ ਉਹਦੀ ਕਲਿਪਸ ਵੀ ਹੈਗੀਆਂ ਤੁਹਾਨੂੰ ਮੈਂ ਦਿਖਾਵਾਂਗਾ ਤੇ ਬੜਾ ਪਰੇਸ਼ਾਨ ਸੀਗਾ ਮੈਂ ਰੋਜ਼ ਰੋਂਦਾ ਸੀਗਾ 2-2 ਘੰਟੇ ਕਿ ਮੈਂ ਹੁਣ ਕਦੇ ਚੱਲ ਨਹੀਂ ਪਾਵਾਂਗਾ ਬਟ ਇਹਨਾਂ ਕੋਲ ਆਉਣ ਤੋਂ ਬਾਅਦ ਮੈਨੂੰ ਬਹੁਤ ਆਰਾਮ ਪਿਆ ਔਰ ਮੇਰਾ ਪੈਰ ਇਹਨਾਂ ਨੇ ਕਿਹਾ ਸੀ ਜਿਵੇਂ ਪਹਿਲੇ ਦਾ ਸੀ ਉਵੇਂ ਦਾ ਹੋ ਜਾਏਗਾ ਮੈਨੂੰ ਇਹਨਾਂ ਨੇ ਕਿਹਾ ਕਿ ਤੂੰ ਕੋਈ ਕਰੀਮ ਨਹੀਂ ਲਗਾਉਣੀ ਕੁਛ ਨਹੀਂ ਲਗਾਉਣਾ ਸਿਰਫ ਜਿਹੜੀ ਮੈਂ ਮੈਡੀਸਨ ਦੇ ਰਿਹਾ ਉਹ ਖਾਣੀ ਹੈ ਤੇ ਮੇਰੇ ਨਾਲ ਫੋਨ ਤੇ ਕੰਟੈਕਟ ਤੇ ਰਹਿਣਾ ਹੈ ਤੋ ਜੀ 3 ਮਹੀਨੇ ਬਾਅਦ ਮੇਰਾ ਪੈਰ ਬਿਲਕੁਲ ਇੱਕਦਮ ਨਵਾਂ ਹੋ ਗਿਆ ਅੱਜ ਮੈਂ ਦੌੜਦਾ ਪਰ ਜਾ ਕੇ ਕੋਈ ਪ੍ਰੋਬਲਮ ਨਹੀਂ ਆ ਮੇਰੇ ਹੱਥਾਂ ਪੈਰਾਂ ਵਿੱਚ ਵੀ ਦਿੱਕਤ ਆ ਗਈ ਸੀ ਮੇਰੇ ਇੱਥੇ ਵੀ ਸਾਰਾ ਐਕਜ਼ੀਮਾ ਹੋ ਗਿਆ ਸੀ ਇੱਥੇ ਵੀ ਸਭ ਪੂਰਾ ਭਰ ਗਿਆ ਸੀਗਾ ਬਟ ਮੈਨੂੰ ਸਿਰਫ ਇੱਕ ਸਿੰਗਲ ਮੈਡੀਸਨ ਨਾਲ ਮੈਨੂੰ ਇਹਨਾਂ ਆਰਾਮ ਪਿਆ ਹੈ ਤੇ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਡਾਕਟਰ ਸਾਹਿਬ ਦਾ ਤੇ ਤੁਹਾਨੂੰ ਸਭ ਨੂੰ ਬੇਨਤੀ ਕਰਾਂ ਜੇ ਕਿਸੇ ਨੂੰ ਮੇਰੀ ਵੀਡੀਓ ਪਸੰਦ ਆਏ ਤਾਂ ਲਾਈਕ ਕੀਜੀਏ ਤੇ ਆਪ ਕੋਲ ਆਓ ਸਤਿ ਸ਼੍ਰੀ ਅਕਾਲ।